ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ISR ਪੰਜਾਬੀ ਵਲੌਗ ਤੇ। ਹੋਰ ਸੁਣਾਓ ਜੀ, ਸਾਰੇ ਵਧੀਆ ਹੋ? ਤੇ ਆਇਓ ਜੀ, ਅੱਜ ਦੇ ਨਵੇਂ ਵਲੌਗ ਨੂੰ ਆਪਾਂ ਕਰਦੇ ਹਾਂ ਫਿਰ ਸਟਾਰਟ। ਲਓ ਜੀ, ਹੁਣ ਆਪਾਂ ਕਰਨੇ ਪਿਆ ਗੱਡੀ ਨੂੰ ਸਾਫ਼। ਆਹ ਦੇਖੋ, ਆਹ ਸਾਰਾ ਕੂੜਾ ਕੱਢਿਆ ਗੱਡੀ ਦੇ ਵਿੱਚੋਂ। ਆਪਾਂ ਡਿੱਗੀ ਡੁੱਗੀ ਸਾਰੀ ਚੰਗੀ ਤਰ੍ਹਾਂ ਫਿਰ ਆਪਾਂ ਸਾਫ਼ ਕਰਤੀ ਹੈ। ਅਤੇ ਹੁਣ ਮੈਟ ਬੁੱਟ ਚੜ੍ਹਨ ਦੇ ਰਹਿ ਗਏ ਨੇ, ਬਸ ਗਲਵਸ ਗੁਲਵਸ ਪਾਏ ਨੇ ਆਪਣੀ ਸੇਫਟੀ। ਅਤੇ ਹੁਣ ਨੂੰ ਮੈਂ ਸੁੱਤਣ ਚੱਲਾਂ, ਬਸ ਚੰਗੀ ਤਰ੍ਹਾਂ ਗੱਡੀ ਸਾਫ਼ ਕਰਤੀ। ਹੁਣ ਵੈਕਿਊਮ ਤਾਂ ਮਰਾ ਨਹੀਂ ਸਕਦੇ, ਬਸ ਆਪਾਂ ਮੈਡਮ ਨੂੰ ਸਾਫ਼ ਕਰ ਦਾਂਗੇ ਅਤੇ ਪੋਲਿਸ਼ ਮਾਰ ਦਾਂਗੇ ਅੰਦਰ ਇੰਟੀਰੀਅਰ ਨੂੰ ਸਾਰੀ, ਅਤੇ ਵਧੀਆ ਕਰ ਦੇਣੇ ਆ ਗੱਡੀ ਨੂੰ। ਟਾਈਮ ਪਾਸ ਹੀ ਕਰਨਾ, ਜੇ ਮਰਜ਼ੀ ਬਸ ਗੱਡੀ ਗੁੱਡੀ ਸਾਫ਼ ਕਰਕੇ ਕਰ ਲਏ ਬੰਦਾ। ਆਹ ਦੇਖ ਲਓ ਜੀ, ਤੁਹਾਨੂੰ ਆਪਾਂ ਪਹਿਲਾਂ ਦੱਸ ਦਿੰਦੇ ਹਾਂ ਕਿਵੇਂ ਦੀ ਸੀ ਗੱਡੀ। ਦੇਖੋ, ਪੋਲਿਸ਼ ਪੁਲਿਸ਼ ਮਾਰਨ ਵਾਲੀ ਹੋਈ ਹੈ, ਅਤੇ ਹੁਣ ਆਪਾਂ ਤੁਹਾਨੂੰ ਪੋਲਿਸ਼ ਮਾਰ ਕੇ ਦਿਖਾਉਂਦੇ ਹਾਂ ਅਤੇ ਕਿਵੇਂ ਦੀ ਲੱਗਦੀ। ਓਕੇ ਜੀ, ਮੈਡਮ ਨੂੰ ਝਾੜਤੇ ਨੇ, ਹੁਣ ਪੋਲਿਸ਼ ਮਾਰਨ ਵਾਲੀ ਹੈਗੀ ਬਸ। ਅਤੇ ਲਓ ਜੀ, ਆਪਾਂ ਪੋਲਿਸ਼ ਵੀ ਮਾਰਤੀ ਗੱਡੀ ਦੇ ਚੰਗੀ ਤਰ੍ਹਾਂ, ਦੇਖ ਲਓ ਵਧੀਆ ਕਰਤੀ। ਹੁਣ ਉਹ ਮੈਟ ਤੋਂ ਥੋੜ੍ਹੇ ਦਾਗ ਲੱਗੇ ਨੇ, ਉਹ ਉਤਰਦੇ ਨਹੀਂ, ਉਹਨੂੰ ਲਾਹੁੰਦੇ ਹਾਂ ਆਪਾਂ। ਲੱਗਦਾ ਇਹਨੂੰ ਧੁਆ ਧੋਣਾ ਪੈਣਾ ਚੰਗੀ ਤਰ੍ਹਾਂ ਪਾਣੀ, ਕਿਹਦੇ ਦਾਗ ਨੇ, ਹੋਰ ਸਾਰੀ ਵਧੀਆ। ਲਓ ਜੀ, ਜਿਵੇਂ ਕਿ ਤੁਹਾਨੂੰ ਮੈਂ ਦੂਸਰੀ ਗੱਡੀ ਦੇ ਵਿੱਚ ਦਿਖਾਇਆ ਸੀ ਵੀ ਕਿੱਲ ਸੀ ਉਹਦੇ ਵਿੱਚ, ਅਤੇ ਅੱਜ ਹੀ ਮੈਨੂੰ ਪਤਾ ਲੱਗਾ ਜਿਹੜੀ ਆਪਣੀ ਦੂਸਰੀ ਗੱਡੀ ਹੈ ਉਹਦੇ ਵਿੱਚ ਵੀ ਇੱਥੇ ਕਿੱਲ ਹੋਇਆ। ਤਾਂ ਮੈਂ ਦਿਖਾਉਂਦਾ ਇੱਥੇ ਕਿਧਰੇ ਹੋਏਗਾ। ਆਹ ਦੇਖੋ, ਆ ਰਿਹਾ ਇਹ ਕਿੱਲ ਨਹੀਂ ਹੈਗਾ, ਕੁੰਡਾ ਜਿਹਾ ਹੈਗਾ, ਕੋਈ ਤਿੱਖਾ ਹੋਣਾ ਉਹ ਵਿੱਚ ਗਿਆ ਵੇ। ਦੋਨੇ ਟਾਇਰਾਂ 'ਚ ਬਸ ਹੋਇਆ ਪਿਆ ਹੋਣਾ, ਟਾਇਰ ਚੇਂਜ ਕਰਵਾਉਣਾ ਪੈਣਾ ਗਾ ਵੀ, ਪਤਾ ਨਹੀਂ ਕਿੱਥੋਂ ਹੱਲ ਆ ਜਾਂਦੇ। ਕਿੱਲ ਉਹ 'ਚ ਵੀ ਹੈਗਾ ਸੀ, ਉਹ 'ਚ ਅਗਲੀ 'ਚ ਹੀ ਹੈ, ਆੜੀ ਗੱਡੀ ਪਿੱਛੇ ਰਹਿ ਪਏ। ਅਤੇ ਹੋਰ ਹੀ ਆਪਾਂ ਚੈੱਕ ਕਰਨੇ, ਜੇ ਹੋਰ ਵੀ ਕਿਧਰੇ ਹੋਵੇ। ਆਹ ਦੇਖੋ, ਬਹੁਤ ਜ਼ਿਆਦਾ ਪੱਕਾ ਏ, ਬਾਹਰ ਨਹੀਂ ਆਉਂਦਾ ਉਹ। ਚੱਲ ਹੁਣ ਇੱਕ ਨੇ ਇੱਕ ਤਾਂ ਗੱਡੀ ਦਾ ਟਾਇਰ ਕਰਵਾਉਣਾ ਹੀ ਪੈਣਾ, ਪੰਜੇ ਤੁਹਾਨੂੰ ਪਤਾ ਹਵਾ ਨਿਕਲਦੀ ਹੋਏਗੀ ਹੌਲੀ ਹੌਲੀ ਵਿੱਚੋਂ। ਚੱਲ ਕੋਈ ਨਹੀਂ। ਅਤੇ ਜਿਵੇਂ ਕਿ ਤੁਸੀਂ ਦੇਖਿਆ, ਤੁਹਾਨੂੰ ਮੇਰੀ ਵੀਡੀਓ ਦਿਖਾਈ ਵੀ ਆਪਣੀ ਆੜੀ ਗੱਡੀ ਹੈ ਅਤੇ ਪਿਛਲੇ ਜਿਹੜੇ ਟਾਇਰ 'ਤੇ ਵੀ ਕਿੱਲ ਖੁੱਭ ਗਿਆ। ਮੇਰੇ ਖਿਆਲ ਨਾਲ ਕਿੱਲ ਨਹੀਂ ਹੈਗਾ, ਕੋਈ ਕੁੰਡਾ ਜਿਹਾ ਜਿਹੜਾ ਕੋਈ ਤਿੱਖਾ ਹੋਏਗਾ ਜਿਹੜਾ ਗੱਡੀ ਦੇ ਵਿੱਚ ਖੁੱਭ ਗਿਆ ਟਾਇਰ ਦੇ, ਕਿੱਲ ਵੀ ਹੋ ਸਕਦਾ, ਕੁਛ ਪਤਾ ਨਹੀਂ। ਅਤੇ ਹੁਣ ਇੱਕ ਨਾ ਗੱਡੀ ਨੂੰ ਪੈਂਚਰ ਲਵਾਉਣਾ ਹੀ ਪੈਣਾ ਵੀ, ਕਿਉਂਕਿ ਇੰਨਾ ਮੈਂ ਤੁਹਾਨੂੰ ਬਸ ਸਰਦਾ ਨਹੀਂ, ਜਾਣਾ ਹੁੰਦਾ ਵੀ ਕਿਧਰੇ ਨਾ ਕਿਧਰੇ। ਅਤੇ ਬਸ 7 ਵੱਜਣ ਵਾਲੇ ਨੇ ਸ਼ਾਮ ਦੇ, ਅਤੇ ਬਸ ਆਪਾਂ ਗੁਰਦੁਆਰੇ ਗਏ ਸੀ, ਗੁਰਦੁਆਰੇ ਖੇਡ ਕੇ ਆ ਗਏ ਹਾਂ। 6 ਵਜੇ ਨਾ ਆ ਗਈ ਸੀ ਆਪਾਂ ਗੁਰਦੁਆਰੇ ਤੋਂ, ਅਤੇ ਬਸ ਪੀਆ ਬਣਾਇਆ ਸੀ, ਪੀਆ ਪੀਆ ਖਾ ਕੇ। ਅਤੇ ਮੈਂ ਕਿਹਾ ਤੁਹਾਨੂੰ ਵੀ ਦਿਖਾਉਂਦੇ ਹਾਂ ਕੀ ਹੋਇਆ ਗੱਡੀ ਨੂੰ। ਮੈਂ ਜੋ ਗੁਰਦੁਆਰੇ ਗਏ ਸੀ ਨਾ ਆਪਾਂ, ਉਹਦੀ ਮੈਨੂੰ ਵੀ ਉਦੋਂ ਹੀ ਪਤਾ ਲੱਗਾ ਗੁਰਦੁਆਰੇ ਖੜ੍ਹੀ ਸੀ ਗੱਡੀ, ਉਦੋਂ ਮੈਂ ਦੇਖਿਆ ਵੀ ਉਹ ਧੁੱਪ ਜਿਹੇ ਵਿੱਚ ਚਮਕਣ ਦਿਆ ਸੀ, ਤੁਹਾਨੂੰ ਪਤਾ ਸਿਲਵਰ ਰੰਗ ਦਾ, ਤਾਂ ਕਰਕੇ ਉਹਨੂੰ ਪਤਾ ਲੱਗ ਗਿਆ ਸੀ। ਅਤੇ ਮੈਂ ਤੁਹਾਨੂੰ ਵੀ ਦੱਸ ਦਿੰਦੇ ਹਾਂ, ਬਸ ਪੀਆ ਖਾਧਾ ਅਤੇ ਬਸ ਕੱਲ੍ਹ ਫਿਰ ਆਪਾਂ ਪੀਆ ਬਣਾਵਾਂਗੇ। ਡੇਟ ਦਾ ਤੁਹਾਨੂੰ ਪਤਾ, ਮੈਂ ਵਲੋਗ ਕਰਨਾ ਹੋਈ ਤੁਹਾਨੂੰ ਦਿਖਾ ਦਾਂਗਾ ਵਾ ਪੀਆ ਜੀ ਬਣਾਵਾਂਗੇ। ਅਤੇ ਵੈਸੇ ਮੈਂ ਆਲਰੇਡੀ ਤੁਹਾਨੂੰ ਦਿਖਾਇਆ ਪਿਆ, ਤਾਂ ਕਰਕੇ ਮੈਂ ਦਿਖਾਇਆ ਨਹੀਂ, ਮੈਂ ਚਾਹ ਰਹਿਣ ਦਿੰਦੇ ਇੱਕ ਵਾਰ ਤੁਹਾਨੂੰ ਦਿਖਾਇਆ ਪਿਆ ਵੇ। ਖਾ ਰਿਹਾ ਸੀ, ਉਹ ਵੀ ਬਹੁਤ ਸਵਾਦ ਸੀ। ਬਸ ਹੁਣ ਜਾਂਦੇ ਹਾਂ ਘਰ, ਰਾਤ ਪੈਣ ਵਾਲੀ ਹੈ, ਕੰਮ ਕੁੰਮ ਕਰਨੇ ਆ। ਅਤੇ ਹੋਰ ਤੁਸੀਂ ਦੇਖ ਲਓ ਜੀ, ਜਿਵੇਂ ਕਿ ਕਾਲੇ ਬੱਦਲ ਵੱਧ ਰਹੇ ਨੇ ਆਪਣੀ ਵੱਲ, ਜਲਦੀ ਹੀ ਲੱਗਦਾ ਬੱਦਲ ਪੇਰਾ ਆ ਚੰਗਾ, ਜਿਵੇਂ ਕੱਲ੍ਹ ਬਿਜਲੀ ਗੜਕਦੀ ਸੀ, ਅੱਜ ਵੀ ਲੱਗਦਾ ਉਹੀ ਕੰਮ ਹੋਏਗਾ ਸ਼ਾਮ ਨੂੰ। ਚੱਲ ਬਈ, ਉੱਥੇ ਨੇ ਉੱਥੇ ਤੱਕ ਆਉਂਦੇ ਪੈਣੇ, ਬਸ ਆਉਣ ਵਾਲੇ ਹੈ ਮੇਰੇ ਖਿਆਲ ਨਾਲ। ਅਤੇ ਜੀ, ਜਦੋਂ ਆਪਾਂ ਗੱਡੀ ਦਾ ਟਾਇਰ ਚੇਂਜ ਕਰਾਉਣ ਜਾਣਾ, ਅਤੇ ਉਦੋਂ ਆਪਾਂ ਓਇਲ ਵੀ ਚੇਂਜ ਕਰਾ ਦਾਂਗੇ, ਕਿਉਂਕਿ ਗੱਡੀ ਦਾ ਓਇਲ ਵੀ ਖਤਮ ਹੋਣ ਵਾਲਾ ਮੇਰੇ ਖਿਆਲ ਨਾਲ। ਇਹ 44,000 ਮਾਈਲ 'ਤੇ ਕਹਿੰਦੇ ਸੀ ਉਹ ਵੀ ਤੁਸੀਂ ਆਪਣਾ ਚੇਂਜ ਕਰਾ ਲਿਓ, ਅਤੇ ਆਪਣੀ ਗੱਡੀ ਦਾ ਮੈਂ ਵੇਖਿਆ 45,000 ਮਾਈਲਸ ਹੋ ਗਈਆਂ ਨੇ, ਅਤੇ ਜਿਹੜਾ ਆਪਣਾ ਓਇਲ ਗੱਡੀ ਦਾ ਇੰਜਨ ਦਾ ਉਹ ਵੀ ਚੇਂਜ ਕਰਾਉਣ ਵਾਲਾ ਹੋ ਗਿਆ। ਕੋਈ ਨਹੀਂ, ਫਿਰ ਨਾਲ ਗੱਡੀ ਦਾ ਟਾਇਰ ਵੀ ਕਰਾਵਾਂਗੇ ਅਤੇ ਓਇਲ ਚੇਂਜ ਹੋ ਜਾਏਗਾ। ਚਲੋ, ਅਤੇ ਜਿਹੜਾ ਆਹ ਜਿਹੜਾ ਵਲੋਗ ਹੈ, ਮੇਰੇ ਖਿਆਲ ਆਏ ਵੈਸੇ ਤਾਂ ਮੈਂ ਦਿਖਾ ਨਹੀਂ ਸਕਦਾ ਵੀ ਜਿਹੜਾ ਟਾਇਰ ਟੂਰ ਚੇਂਜ ਕਰਦੇ ਪੈਣੇ, ਕਿਉਂਕਿ ਸਕੈਜੂਲ ਕਰਨੀ ਪੈਂਦੀ ਹੈ, ਅਪੁਆਇੰਟਮੈਂਟ ਬਣਾਉਣੀ ਪੈਂਦੀ ਹੈ। ਅਤੇ ਮੇਰੇ ਖਿਆਲ ਨਾਲ ਕੱਲ੍ਹ ਵੀ ਦੇ ਸਕਦੇ ਨੇ, ਪਰਸੋਂ ਵੀ ਦੇ ਸਕਦੇ ਨੇ, ਤਾਂ ਕਰਕੇ ਆਹ ਵਲੋਗ 'ਚ ਨਹੀਂ ਪਤਾ ਦਿਖਾਵਾਂਗੇ। ਅਤੇ ਤੁਹਾਨੂੰ ਪਤਾ ਜਿਵੇਂ ਕੀ ਸਕੈਜੂਲ ਕਰਨੀ ਪੈਂਦੀ ਹੈ। ਅਤੇ ਲਓ ਜੀ, ਜਿਵੇਂ ਕਿ ਮੈਂ ਤੁਹਾਨੂੰ ਕਹਿੰਦਾ ਪਸੀ ਵੀ ਬੱਦਲ ਸਾਡੇ ਵੱਲ ਆਉਂਦੇ ਮਿਲੇ, ਅਤੇ ਦੇਖ ਲਓ ਸੱਚੀ ਵਾਰ ਬਾਰਿਸ਼ ਪੈ ਗਈ ਹੈ। ਤਾਂ ਤੁਹਾਨੂੰ ਮੈਂ ਆਸਮਾਨ 'ਚ ਦਿਖਾਉਂਦਾ ਵੀ ਕੀ ਹੋਇਆ, ਤੁਹਾਨੂੰ ਮੈਂ ਦਿਖਾਉਂਦਾ ਹੋਣੀ। ਉਹ ਦੇਖ ਲਓ ਜੀ, ਬਾਹਰ ਰੇਨਬੋ, ਆਹ ਕਿੰਨਾ ਸੋਹਣਾ ਲੱਗਦਾ ਹੈ। ਮੈਂ ਕਿਹਾ ਤੁਹਾਨੂੰ ਵੀ ਦਿਖਾ ਦਿੰਦੇ ਹਾਂ, ਬਹੁਤ ਜ਼ਿਆਦਾ ਅਤੇ ਬਾਰਿਸ਼ ਪਈ ਸੀ, ਨਾਲ ਧੁੱਪ ਵੀ ਸੀ, ਤਾਂ ਕਰਕੇ ਤੁਹਾਨੂੰ ਪਤਾ ਰੇਨਬੋ ਹੋ ਗਿਆ। ਬਹੁਤ ਦੂਰ ਤੱਕ ਦੇਖਿਆ, ਉਹ ਦੇਖੋ ਸਾਰੇ ਹੀ ਉੱਥੇ ਤੱਕ, ਬਹੁਤ ਦੂਰ ਤੱਕ ਦੇਖਿਆ। ਫਿਰ ਮੈਂ ਗੱਡੀ ਲੈ ਗਿਆ ਅਤੇ ਮੈਂ ਤੁਹਾਨੂੰ ਦਿਖਾਉਂਦੇ ਹਾਂ, ਦੇਖੋ ਕਿੰਨਾ ਸੋਹਣਾ ਲੱਗਦਾ ਹੈ, ਕਿਆ ਵਾਲ ਹੈ। ਆਹ ਹਰੇ ਹਰੇ ਪੇੜ ਲੱਗੇ ਨੇ ਉੱਥੇ ਰੇਨਬੋ, ਦੇਖੋ ਜੀ ਵਧੀਆ ਹੈ ਨਾ। ਬਸ ਤੁਹਾਨੂੰ ਦਿਖਾਉਣਾ ਆਈ ਜੀ ਆਪਾਂ, ਉੱਧਰ ਨੂੰ ਜਾਂਦਾ ਵਾ। ਅਤੇ ਲਓ ਜੀ, ਹੁਣ ਆਪਾਂ ਆ ਚੁੱਕੇ ਹਾਂ ਡੇ 2 'ਚ,
ਡੇ 2 ਦਾ ਵਲੌਗ ਚੱਲਦਾ ਪਿਆ ਤੇ 11 ਵੱਜ ਚੁੱਕੇ ਨੇ ਤੇ ਆਇਓ ਜੀ ਡੇ 2 ਦਾ ਵਲੌਗ ਆਪਾਂ ਕਰਨਾ ਹੈ ਕੰਟੀਨਿਊ ਤੇ ਜੀ ਜਿਹੜਾ ਤੁਹਾਨੂੰ ਮੈਂ ਟਾਇਰ ਕੱਲ੍ਹ ਦਿਖਾਇਆ ਜਿਹਦੇ ਵਿੱਚ ਕਿੱਲ ਫਸ ਗਿਆ ਸੀ ਉਹ 'ਚੋਂ ਅੱਜ ਹਵਾ ਨਿਕਲਣ ਲੱਗ ਪਈ ਹੈ ਬਹੁਤ ਜ਼ਿਆਦਾ ਹਵਾ ਨਿਕਲਦੀ ਪਈ ਹੈ 30% ਹੋਣੀ ਚਾਹੀਦੀ ਹੁਣ ਮੈਨੂੰ 19% ਦੱਸਦਾ ਪਿਆ ਵੇ ਅਤੇ ਆਪਾਂ ਫਿਰ ਜੋ ਸਾਨੂੰ 19% ਦੱਸੀ ਜਾ ਹਵਾ ਨਿਕਲਣ ਲੱਗ ਪਈ ਫਿਰ ਆਪਾਂ ਚੇਂਜ ਕਰਤਾ ਦੂਸਰਾ ਟਾਇਰ ਲਾ ਤਾ ਜਿਹੜਾ ਪਿੱਛੇ ਡਿੱਗੀ 'ਚ ਹੁੰਦਾ ਨਵਾਂ ਜਿਹੜਾ ਦਿੱਤਾ ਹੁੰਦਾ ਉਹਨਾਂ ਨੇ ਆਹ ਦੇਖ ਲਓ ਜੀ ਸਾਈਨ ਦਿੰਦਾ ਵਾ ਮੈਨੂੰ ਵੀ ਟਾਇਰ ਪ੍ਰੈਸ਼ਰ ਇਜ਼ ਲੋਅ ਅਤੇ ਬਹੁਤ ਜ਼ਿਆਦਾ ਲੋਅ ਹੋ ਗਿਆ ਸੀ ਹਵਾ ਸਾਰੀ ਨਿਕਲ ਗਈ ਸੀ ਫਿਰ ਜੇ ਕੇਲ ਕੋਲ ਕੱਢ ਕੇ ਆਪਾਂ ਦੂਸਰਾ ਟਾਇਰ ਲਾ ਤਾ ਵੇ ਤਾਂ ਮੈਂ ਦਿਖਾਉਂਦਾ ਬਾਹਰ ਜਾ ਕੇ ਜੇ ਦੇਖ ਸਕਦੇ ਜਿਹੜਾ ਡਿੱਗੀ ਪਿਆ ਹੁੰਦਾ ਦਿੱਤਾ ਹੁੰਦਾ ਵੇ ਵੀ ਜਿਹੜਾ ਟਾਇਰ ਪੈਂਚਰ ਹੋਏ ਤੁਸੀਂ ਆਹ ਲਾ ਸਕਦੇ ਹੋ ਆਹ ਲਾਇਆ ਹੁਣ ਤੁਹਾਨੂੰ ਦੁਕਾਨ 'ਤੇ ਜਾਂਦੇ ਹਾਂ ਦੂਸਰਾ ਟਾਇਰ ਆਪਾਂ ਕਰਾਉਂਦੇ ਹਾਂ ਚੇਂਜ ਅਤੇ ਉਹਨੂੰ ਹਜੇ ਤੱਕ ਠੀਕ ਕਰਾਉਂਦੇ ਹਾਂ ਪੂਰਾ ਪੈਂਚਰ ਪੁੰਚਰ ਲਵਾਉਂਦੇ ਹਾਂ ਅੰਦਰ ਤੱਕ ਆਹ ਰੱਖਿਆ ਆਪਾਂ ਇਹਨਾਂ ਗੱਡੀ ਗੁੱਡੀ ਚਲਾ ਸਕਦੇ ਹਾਂ ਆਪਾਂ ਥੋੜ੍ਹੀ ਅਤੇ ਚਲੋ ਅੱਜ ਫਿਰ ਟਾਇਰ ਪੈਂਚਰ ਲਵਾ ਕੇ ਲਿਆਉਂਦੇ ਹਾਂ ਪਿੱਛੇ ਡਿੱਗੀ ਰੱਖਦਾ ਆਪਾਂ ਅਤੇ ਲਓ ਜੀ ਜਿਹੜਾ ਆਪਾਂ ਟਾਇਰ ਚੇਂਜ ਕੀਤਾ ਸੀ ਹੁਣ ਆਪਾਂ ਚੱਲੇ ਹਾਂ ਦੁਕਾਨ 'ਤੇ ਜਾਂ ਟਾਇਰ ਉਹਦਾ ਪੈਂਚਰ ਲਵਾ ਲਈਏ ਫਿਰ ਲਾ ਦਾਂਗੇ ਕਿਉਂਕਿ ਸਾਡਾ ਛੋਟਾ ਜਿਹਾ ਹੀ ਹੈ ਮਤਲਬ ਥੋੜ੍ਹੇ ਟਾਈਮ ਵਾਸਤੇ ਹੁੰਦਾ ਅਤੇ ਆਇਓ ਜੀ ਫਿਰ ਚੱਲਣੇ ਆਪਾਂ ਅਤੇ ਲਓ ਜੀ ਆਹ ਪਿਆ ਡਿੱਗੀ ਦੇ ਵਿੱਚ ਟਾਇਰ ਇਹ ਆਪਾਂ ਕਿੱਲ ਲਾ ਤਾ ਸੀ ਅਤੇ ਆਹ ਹਵਾ ਦੇ ਵਿੱਚੋਂ ਨਹੀਂ ਹੁਣ ਨਿਕਲ ਗਈ ਸਾਰੀ ਅਤੇ ਜਿਹੜਾ ਦੂਸਰਾ ਟਾਇਰ ਲਵਾ ਰਿਹਾ ਅਤੇ ਨਾਲੇ ਜਿਵੇਂ ਕਿ ਤੁਹਾਨੂੰ ਮੈਂ ਕਿਹਾ ਸੀ ਵਲੌਗ ਦੇ ਵਿੱਚ ਵੀ ਟਾਇਰ ਵਾਸਤੇ ਸਾਨੂੰ ਪੇਮੈਂਟ ਲੈਣੀ ਪਏਗੀ ਅਤੇ ਆਪਾਂ ਇੱਕ ਵਾਰ ਟਰਾਈ ਕਰਕੇ ਦੇਖ ਲਾਂ ਜੇ ਬਿਨਾਂ ਪੇਮੈਂਟ ਤੋਂ ਹੋਏ ਕਿਉਂਕਿ ਟਾਇਰ ਨੂੰ ਪੈਂਚਰ ਲਾਉਣਾ ਇੰਨੀ ਜ਼ਿਆਦਾ ਦੇਰ ਨਹੀਂ ਲੱਗਦੀ ਹੈਗੀ ਅਤੇ ਮੇਰੇ ਖਿਆਲ ਨਾਲ ਸ਼ਾਇਦ ਜ਼ਿਆਦਾ ਦੇਰ ਨਾ ਲੱਗਣ ਕਰਕੇ ਸ਼ਾਇਦ ਸਾਨੂੰ ਕਰ ਦੇਣ ਉਹ ਜੇ ਜਿਹੜਾ ਜ਼ਿਆਦਾ ਵੱਡਾ ਕੰਮ ਹੁੰਦਾ ਉਹ ਤਾਂ ਪੇਮੈਂਟ ਬਣਾਉਣੀ ਪੈਂਦੀ ਹੈ ਕੋਈ ਨਹੀਂ ਜਾ ਕੇ ਦੇਖ ਜਾਂ ਟਰਾਈ ਕਰਨੇ ਆ ਜੇ ਕਰ ਦਾਂਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਪੇਮੈਂਟ ਬਣਾਉਣੀ ਪਏਗੀ ਮੈਨੂੰ ਲੱਗਦਾ ਅਤੇ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਲੱਗੀ ਜਾਂਦੀ ਏ ਸੀ ਦੇ ਵਿੱਚ ਵੀ ਅੱਜ ਬਹੁਤ ਜ਼ਿਆਦਾ ਪਸੀਨਾ ਆਉਂਦਾ ਭਾਈ ਅਤੇ ਬਹੁਤ ਜ਼ਿਆਦਾ ਗਰਮੀ ਹੈ ਚਲੋ ਵਧੀਆ ਅਤੇ ਲਓ ਜੀ ਆਪਾਂ ਮਾਸਕ ਪਾ ਲਿਆ ਵੇ ਅਤੇ ਆਇਓ ਜੀ ਫਿਰ ਚੱਲਣੇ ਆਪਾਂ ਟਾਇਰ ਨੂੰ ਠੀਕ ਕਰਾਉਣ ਅਤੇ ਲਓ ਜੀ ਆਪਾਂ ਫਿਰ ਘਰ ਆ ਗਏ ਹਾਂ ਅਤੇ ਟਾਇਰ ਦਾ ਪੈਂਚਰ ਸਾਡਾ ਨਹੀਂ ਲੱਗਾ ਕਿਉਂਕਿ ਕਹਿੰਦੇ 4 ਵਜੇ ਬੰਦ ਹੋ ਜਾਣਾ ਵੇ ਅਤੇ ਆਪਾਂ ਮੇਰੇ ਖਿਆਲ 3-3:30 ਵਜੇ ਗਏ ਸੀ ਅਤੇ ਕਹਿੰਦੇ ਸਾਨੂੰ ਹੋਰ ਸਾਰਾ ਟਾਈਮ ਚਾਹੀਦਾ ਤਾਂ ਕਰਕੇ ਪਰਸੋਂ ਆਇਓ ਮੰਡੇ ਨੂੰ ਅਤੇ ਹੁਣ ਮੰਡੇ ਨੂੰ ਜਾਣਾ ਪਏਗਾ ਅੱਜ ਤਾਂ ਕੰਮ ਨਹੀਂ ਬਣਿਆ ਸਾਡਾ ਥੋੜ੍ਹੀ ਆਪਾਂ ਲੇਟ ਗਏ ਹਾਂ ਅਤੇ ਮੰਡੇ ਨੂੰ ਆਪਾਂ ਜਲਦੀ ਜਾਵਾਂਗੇ 1-2 ਵਜੇ ਵੀ ਜਿਹੜਾ ਟਾਇਰ ਵਧੀਆ ਲਾ ਦੇਣ ਅਤੇ ਉਹਨਾਂ ਨੂੰ ਟਾਈਮ ਵੀ ਹੋਵੇ ਉਹਨਾਂ ਕੋਲ ਚਲੋ ਕੋਈ ਨਹੀਂ ਆਪਾਂ ਉਤਨ ਕਰਾ ਲਾਂਗੇ ਟੈਨਸ਼ਨ ਨਹੀਂ ਕੋਈ ਵੀ ਆਹ ਦੇਖ ਲਓ ਜੀ ਆਪਾਂ ਚੇਂਜ ਨਹੀਂ ਕਰਾਇਆ ਟਾਇਰ ਚਲੋ ਫਿਰ ਮੰਡੇ ਨੂੰ ਕਰਾਵਾਂਗੇ ਅਤੇ ਜੀ ਆਹ ਹੈਗੀ ਸਾਡੀ ਨਵੀਂ ਮਕਲੈਰਨ ਇਹ ਪਹਿਲੀ ਮਕਲੈਰਨ ਜਿਹੜੀ ਫੋਰਡ ਵਾਲਿਆਂ ਦੀ ਹੈ ਦੇਖ ਸਕਦੇ ਹੋ ਤੁਸੀਂ ਆਹ ਦੇਖ ਲਓ ਜੀ ਪਿੱਛੋਂ ਵੀ ਇਹ ਬਹੁਤ ਜ਼ਿਆਦਾ ਤੇਜ਼ ਭਾਈ ਦੀ ਬਹੁਤ ਜ਼ਿਆਦਾ ਜਿਹਦਾ ਟਾਇਰ ਨਹੀਂ ਠੀਕ ਹੁੰਦਾ ਹੁੰਦਾ ਇਹਨੂੰ ਚਲਾਵਾਂਗੇ ਆਪਾਂ ਗੱਡੀ ਦੇਖ ਲਓ ਟਾਇਰ ਆਹ ਦੇਖ ਲਓ ਬਟਰਫਲਾਈ ਡੋਰਸ ਨੇ ਬਹੁਤ ਵਧੀਆ ਗੱਡੀ ਅਤੇ ਆਹ ਦੇਖ ਲਓ ਇਹਨੂੰ ਚਲਾਇਆ ਕਰਾਂਗਾ ਮੈਂ ਚੱਲ ਵੀ ਤੁਰ ਉਹ ਇੰਨੀ ਤੇਜ਼ ਅਤੇ ਜੀ ਆਹ ਸੀ ਅੱਜ ਦਾ ਵਲੌਗ ਅਤੇ ਵਲੌਗ ਨੂੰ ਲਾਈਕ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਅਤੇ ਤੁਹਾਨੂੰ ਜਲਦ ਹੀ ਮਿਲਾਂਗੇ ਅਗਲੇ ਵਲੌਗ ਦੇ ਨਾਲ ਓਕੇ ਜੀ ਬਾਏ ਮਿਲਦੇ ਹਾਂ ਫਿਰ ਤੁਹਾਨੂੰ ਅਗਲੇ ਵਲੌਗ ਦੇ ਨਾਲ